ਜਿਹੜੀਆਂ ਸ਼ਹਿਰ ਵਾਲੀਆਂ ਔਰਤਾਂ ਹੁੰਦੀਆਂ ਨੇ ਲੇਡੀਜ਼, ਇਹਨਾਂ ਦਾ ਸਾਰੇ ਦਿਨ ਦਾ ਕੰਮ ਕਾਰ ਕਰਨ ਦਾ ਸ਼ੈਡਿਊਲ ਕੀ ਹੁੰਦਾ? ਉਹ ਕਹਿੰਦੀਆਂ ਨੇ ਸੁਬਾਹ 8 ਵਜੇ ਬੱਚੇ ਸਕੂਲ ਜਾਂਦੇ ਨੇ, 9 ਵਜੇ ਹਸਬੈਂਡ ਬ੍ਰੇਕਫਾਸਟ ਖਾਂਦੇ ਨੇ, 10 ਵਜੇ ਆਫਿਸ ਲਈ ਨਿਕਲ ਜਾਂਦੇ ਨੇ, 10 ਤੋਂ 11 ਸਲੀਆਂ ਨਾਲ ਫੋਨ ਤੇ ਗੱਪ ਸ਼ੱਪ ਤੇ, 11 ਤੋਂ ਬਾਅਦ ਸੀਰੀਅਲ ਦੇਖਦੀਆਂ ਸਟਾਰ ਪਲੱਸ ਤੇ। ਬਸ ਇਸ ਤਰ੍ਹਾਂ ਸਾਰਾ ਦਿਨ ਬੀਤ ਜਾਂਦਾ ਹੈ। ਹਾਂ ਸੱਚ, ਸਾਰਾ ਖਾਣਾ ਨੇਪਾਲੀ ਭਾਦਰ ਬਣਾਉਂਦਾ ਹੈ। ਤੇ ਪਿੰਡਾਂ ਵਾਲੀਆਂ ਔਰਤਾਂ ਕੀ ਕਰਦੀਆਂ ਨੇ? ਉਹ ਪਿੰਡ ਵਾਲੀਆਂ ਜਨਾਨੀਆਂ ਨੂੰ ਤਾਂ ਬਹੁਤ ਸਿਆਪੇ ਹੁੰਦੇ ਨੇ। ਕਿਹੜੇ? ਉਹ ਕਹਿੰਦੀਆਂ 4:15 ਤੜਕੀ ਉੱਠ ਕੇ ਆਉਂਦੀਆਂ, ਚਾਹ ਧਰ ਕੇ ਪਾਥੀਆਂ ਵਾਲੇ ਗੀਜ਼ਰ 'ਚ ਪਾਥੀਆਂ ਪਾਉਂਦੀਆਂ, ਫਿਰ 1.5 ਘੰਟਾ ਡੰਗਰਾਂ ਨਾਲ ਖਪਦੀਆਂ, ਉਹ ਤੋਂ ਬਾਅਦ ਭਾਈ ਸਾਰੇ ਟੱਬਰ ਦਾ ਲੰਗਰ ਥੱਪਦੀਆਂ। ਸਭ ਤੋਂ ਪਹਿਲਾਂ ਖੇਤਾਂ ਵਾਲਾ ਨਪੁੱਤਿਆਂ ਦਾ ਭਈਆ ਆ ਜਾਂਦਾ, 14 ਰੋਟੀਆਂ ਤੜਕੀ ਖਾ ਜਾਂਦਾ, ਸਾਰਾ ਦਿਨ ਭੌਂਕ ਭੌਂਕ ਕੇ ਗਵਾਂਢੀਆਂ ਦਾ ਕੁੱਤਾ ਸਿਰ ਖਾ ਲੈਂਦਾ, ਜਦੋਂ ਉਹ ਚੁੱਪ ਕਰਦਾ ਜਵਾਕ ਦਾ ਪਿਓ ਪੈਗ ਲਾ ਲੈਂਦਾ। ਬਸ ਫਿਰ ਇੰਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤ, ਉਹੀ ਧੁੱਪ ਉਹੀ ਛਾਂ, ਚੱਲ ਮੇਰੀ ਬੱਕਰੀ ਕੱਲ੍ਹ ਵਾਲੇ ਥਾਂ।